Hey guys, subscribe and press the bell icon to never miss a video from Gabru. ਸਾਡੀ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਆਰਟਿਸਟ ਆਪਣੇ ਫੈਨ ਨੂੰ ਇੱਕ ਤੋਂ ਬਾਅਦ ਇੱਕ ਪ੍ਰੋਜੈਕਟਸ ਦੇ ਨਾਲ ਐਂਟਰਟੇਨ ਕਰ ਰਹੇ ਨੇ, ਚਾਹੇ ਉਹ ਉਹਨਾਂ ਦਾ ਅਪਕਮਿੰਗ ਸੌਂਗ ਹੋਵੇ ਜਾਂ ਉਹਨਾਂ ਦੀ ਅਪਕਮਿੰਗ ਮੂਵੀ ਹੋਵੇ। ਹਰ ਇੱਕ ਪ੍ਰੋਜੈਕਟ ਦੀ ਅਨਾਊਂਸਮੈਂਟ ਦੇ ਨਾਲ ਉਹ ਆਪਣੇ ਫੈਨਸ ਨੂੰ ਅਮੇਜ਼ ਕਰਦੇ ਨੇ। ਤੇ ਹਾਲ ਹੀ ਦੇ ਵਿੱਚ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਵਨ ਆਫ ਦ ਵੈਰੀ ਟੈਲੈਂਟਡ ਸਿੰਗਰ ਤੇ ਐਕਟਰ ਨਿੰਜਾ ਨੇ ਵੀ ਆਪਣੇ ਫੈਨਸ ਦੇ ਨਾਲ ਇੱਕ ਇਨਫੋਰਮੇਸ਼ਨ ਸ਼ੇਅਰ ਕਰ ਦਿੱਤੀ ਹੈ। ਉਹ ਇਨਫੋਰਮੇਸ਼ਨ ਇਹ ਹੈ ਕਿ ਹਾਲ ਹੀ ਦੇ ਵਿੱਚ ਨਿੰਜਾ ਨੇ ਆਪਣੇ ਅਪਕਮਿੰਗ ਪ੍ਰੋਜੈਕਟ ਦੀ ਅਨਾਊਂਸਮੈਂਟ ਆਪਣੇ ਫੈਨਸ ਦੇ ਨਾਲ ਸ਼ੇਅਰ ਕਰ ਦਿੱਤੀ ਹੈ। ਤੁਸੀਂ ਚੈੱਕ ਕਰੋ ਨਿੰਜਾ ਦੀ ਇਸ ਪੋਸਟ ਨੂੰ ਜੋ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਸੀ। ਵੈਲ, ਇਸ ਪ੍ਰੋਜੈਕਟ ਦੀ ਬਾਕੀ ਡਿਟੇਲ ਤਾਂ ਨਿੰਜਾ ਵੱਲੋਂ ਸ਼ੇਅਰ ਨਹੀਂ ਕੀਤੀ ਗਈ ਹੈ, ਪਰ ਉਹਨਾਂ ਦੀ ਇਸ ਪੋਸਟ ਤੋਂ ਇਹ ਤਾਂ ਕਲੀਅਰ ਹੋ ਹੀ ਚੁੱਕਿਆ ਹੈ ਕਿ ਜਲਦ ਹੀ ਨਿੰਜਾ ਆਪਣੇ ਫੈਨਸ ਦੇ ਲਈ ਕੁਝ ਨਵਾਂ ਤੇ ਵੱਖਰਾ ਲੈ ਕੇ ਆ ਰਹੇ ਨੇ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਨਿੰਜਾ ਨੇ ਆਪਣੇ ਅਪਕਮਿੰਗ ਪ੍ਰੋਜੈਕਟ ਦੇ ਵਿੱਚ ਆਪਣੀ ਲੁੱਕ ਨੂੰ ਵੀ ਰਿਵੀਲ ਕਰ ਦਿੱਤਾ ਹੈ। ਤੁਸੀਂ ਚੈੱਕ ਕਰੋ ਉਹਨਾਂ ਦੀ ਇਸ ਲੁੱਕ ਨੂੰ। ਉਹਨਾਂ ਦੀ ਇਸ ਲੁੱਕ ਤੋਂ ਤਾਂ ਇਹ ਕਲੀਅਰ ਹੋ ਹੀ ਚੁੱਕਿਆ ਹੈ ਕਿ ਇਸ ਵਾਰ ਨਿੰਜਾ ਇੱਕ ਸ਼ਰੀਫ ਜਿਹੇ ਕੈਰੇਕਟਰ ਦੇ ਵਿੱਚ ਸਾਨੂੰ ਨਜ਼ਰ ਆਉਣਗੇ। ਵੈਲ, ਇਸ ਮੂਵੀ ਦੀ ਬਾਕੀ ਡਿਟੇਲਸ ਦੇ ਲਈ ਤਾਂ ਸਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਤੋਂ ਇਲਾਵਾ ਜਲਦ ਹੀ ਨਿੰਜਾ ਸਾਨੂੰ ਆਪਣੀ ਅਪਕਮਿੰਗ ਬਾਲੀਵੁੱਡ ਮੂਵੀ ਜ਼ਿੰਦਗੀ ਜ਼ਿੰਦਾਬਾਦ ਦੇ ਨਾਲ ਵੀ ਐਂਟਰਟੇਨ ਕਰਨਗੇ, ਜਿਸ ਦੇ ਵਿੱਚ ਉਹ ਮਿੰਟੂ ਗੁਰਸਰੀਆ ਦੇ ਕੈਰੇਕਟਰ ਦੇ ਵਿੱਚ ਸਾਨੂੰ ਨਜ਼ਰ ਆਉਣਗੇ। ਇਹ ਮੂਵੀ 2 ਅਗਸਤ ਨੂੰ ਰਿਲੀਜ਼ ਹੋਵੇਗੀ। ਸਾਨੂੰ ਤਾਂ ਹੁਣ ਬੇਸਬਰੀ ਨਾਲ ਇੰਤਜ਼ਾਰ ਹੈ ਨਿੰਜਾ ਦੇ ਅਪਕਮਿੰਗ ਪ੍ਰੋਜੈਕਟਸ ਦਾ। ਤੁਸੀਂ ਕਿੰਨੇ ਐਕਸਾਈਟਡ ਹੋ ਨਿੰਜਾ ਦੇ ਅਪਕਮਿੰਗ ਪ੍ਰੋਜੈਕਟਸ ਦੇ ਲਈ? ਤੇ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਦੇ ਅਪਕਮਿੰਗ ਪ੍ਰੋਜੈਕਟ ਦਾ ਕਨਸੈਪਟ ਕੀ ਹੋਵੇਗਾ? ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਬਾਲੀਵੁੱਡ ਤੇ ਬਾਲੀਵੁੱਡ ਦੀ ਇੰਟਰਸਟਿੰਗ ਨਿਊਜ਼ ਦੇ ਨਾਲ ਜੁੜੇ ਰਹਿਣ ਲਈ ਸਾਡੀ ਯੂਟਿਊਬ ਚੈਨਲ gabru.com ਨੂੰ ਸਬਸਕ੍ਰਾਈਬ ਕਰੋ ਤੇ ਥੱਲੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਦੇ ਲਈ ਜ਼ਰੂਰ ਪ੍ਰੈਸ ਕਰੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ gabru live ਟੀਵੀ ਦੇਖਣ ਵਾਸਤੇ ਇਹ ਹੈ gabru ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ gabru ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।